ਸਵਾਗਤ ਹੈ ਸਾਰੇ ਵੀਰਾਂ ਦਾ ਆਪਣੇ ਚੈਨਲ ਫਾਰਮਰ ਕਿੰਗ ਦੇ ਵਿੱਚ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਨੂੰ ਟੱਚ ਕਰਕੇ ਆਲ ਤੇ ਸੈੱਟ ਕਰ ਲਵੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ ਜੋ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਆਪਣੇ ਖੇਤੀਬਾੜੀ ਦੇ ਕਿਸੇ ਵੀ ਸੰਦ ਜਿਵੇਂ ਟਰੈਕਟਰ ਟਰਾਲੀ ਹਲ ਤਵੀਆਂ ਕਾਰ ਜੀਪ ਜਾਂ ਖੇਤੀ ਦੀ ਕਿਸੇ ਵੀ ਹੋਰ ਮਸ਼ੀਨਰੀ ਦੀ ਐਡ ਆਪਣੇ ਚੈਨਲ ਤੇ ਲਗਵਾਉਣ ਲਈ ਉਸ ਦੀਆਂ 4-5 ਫੋਟੋਆਂ ਤੇ ਨਾਲ ਹੀ ਲੋੜੀ ਦੀ ਜਾਣਕਾਰੀ ਜਿਵੇਂ ਰੇਟ, ਏਰੀਆ, ਮਾਡਲ, ਟਾਇਰ ਕਿੰਨੇ ਪੈਸੇ ਹੈ ਇਹ ਸਾਰੀ ਜਾਣਕਾਰੀ ਇਸ ਨੰਬਰ ਤੇ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਬਿਲਕੁਲ ਫਰੀ ਚੈਡ ਲਾਈ ਜਾਵੇਗੀ ਕੋਈ ਕਮਿਸ਼ਨ ਨਹੀਂ ਅੱਜ ਆਪਾਂ ਸੇਲ ਵਿੱਚ 5 ਚੀਜ਼ਾਂ ਲੈ ਕੇ ਆਏ ਆ ਮੋਡੀਫਾਈ ਫੋਰ 3700 ਟਰੈਕਟਰ ਹੈ ਛੋਟੀ ਬਾਡੀ ਵਾਲੀ ਜੀਪ ਹੈ 11/6 ਫੁੱਟ ਸਾਈਜ਼ ਦੀ ਡਬਲ ਟਾਇਰ ਵਾਲੀ ਟਰਾਲੀ ਹੈ ਹੁੰਡਾਈ ਈਆਉਣ ਕਾਰ ਹੈ ਮਹਿਲ ਐਗਰੀਕਲਚਰ ਵਰਕਸ ਦੁਆਰਾ ਤਿਆਰ ਕੀਤੇ ਜਾਣ ਵਾਲੇ ਨਵੇਂ ਸੰਦ ਹੈ ਹੁਣ ਤੁਹਾਨੂੰ ਮੋਡੀਫਾਈ ਫੋਰ 3700 ਟਰੈਕਟਰ ਦਿਖਾ ਰਹੇ ਹਾਂ ਇਹ ਟਰੈਕਟਰ 1994 ਮਾਡਲ ਹੈ ਏ ਕਲਾਸ ਕੰਡੀਸ਼ਨ ਵਿੱਚ ਟਰੈਕਟਰ ਖੜਾ ਹੈ ਮੋਡੀਫਾਈ ਹੋਣ ਕਰਕੇ ਸਾਰੇ ਟਰੈਕਟਰ ਨੂੰ ਦੁਬਾਰਾ ਰੰਗ ਪੇਂਟ ਕਰਵਾਇਆ ਗਿਆ ਹੈ ਟਰੈਕਟਰ ਦੇ 2K ਦਾ オリジナル ਪੇਂਟ ਕਰਵਾਇਆ ਹੋਇਆ ਹੈ। ਇਹ ਟਰੈਕਟਰ ਸਿੰਗਲ ਕਲੱਚ, ਸਿੰਪਲ ਸਟੀਅਰਿੰਗ, ਸਿੰਪਲ ਬ੍ਰੇਕ, ਸੈਂਟਰ ਗੇਅਰ ਦੇ ਨਾਲ ਹੈ। ਟਰੈਕਟਰ ਦਾ ਪੰਜਾਬ ਦਾ ਨੰਬਰ ਹੈ। ਮੋਡੀਫਾਈ ਸਮੇਂ ਟਰੈਕਟਰ ਦੇ ਇੰਜਣ, ਗੇਅਰ, ਲਿਫਟ, ਪੰਪ ਦਾ ਸਾਰਾ ਕੰਮ ਕਰਵਾਇਆ ਗਿਆ ਹੈ। ਮੋਡੀਫਾਈ ਸਮੇਂ ਟਰੈਕਟਰ ਦੇ ਫਾਈਬਰ ਵਾਲੀ ਛਤਰੀ, ਮਿਊਜ਼ਿਕ ਸਿਸਟਮ, ਮਗਰਾਟ, LED ਲਾਈਟਾਂ, ਡਰਾਵਰ, ਟਾਪ ਲਿੰਕ, ਹੁੱਕ ਤੇ ਹੋਰ ਵੀ ਐਸੈਸਰੀ ਨਵੀਂ ਲਗਵਾਈ ਗਈ ਹੈ। ਟਰੈਕਟਰ ਦੇ ਸਾਰੇ ਪਾਰਟ ਜੈਨੂਨ ਲੱਗੇ ਹੋਏ ਐ ਟਰੈਕਟਰ ਦੇ ਅਗਲੇ ਟਾਇਰਾਂ ਉੱਪਰ ਮਗਰਾਟ ਲੱਗੇ ਹੋਏ ਐ ਪਿਛਲੇ ਰਿਮਾਂ ਉੱਪਰ ਬੇਟ ਲੱਗੇ ਹੋਏ ਐ ਮੋਡੀਫਾਈ ਸਮੇ ਟਰੈਕਟਰ ਦੇ ਚਾਰੇ ਟਾਇਰ ਬਿਲਕੁਲ ਨਵੇਂ ਲਗਵਾਏ ਗਏ ਐ ਏ ਕਲਾਸ ਕੰਡੀਸ਼ਨ ਵਿੱਚ ਟਰੈਕਟਰ ਚੱਲਦਾ ਐ ਇੰਜਨ ਗੇਅਰ ਪੰਪ ਦਾ ਟਰੈਕਟਰ ਬਿਲਕੁਲ ਓਕੇ ਐ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਫੁੱਲ ਗਾਰੰਟੀ ਐ ਤੁਸੀਂ ਟਰੈਕਟਰ ਨੂੰ ਖਰੀਦਣ ਸਮੇ ਟਰੈਕਟਰ ਨੂੰ ਬਾਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਇਹ ਟਰੈਕਟਰ ਦਾ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਸ੍ਰੀ ਅਮਰਤਸਰ ਸਾਹਿਬ ਏਰੀਆ ਜਿੱਥੇ ਇਹ ਟਰੈਕਟਰ ਖੜਾ ਹੈ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ 1,90,000 ਰੁਪਏ ਬਾਕੀ ਥੋੜਾ ਬਹੁਤਾ ਮੌਕੇ ਤੇ ਲੈਸ ਹੋਈ ਜਾਂਦਾ ਹੈ ਮਾਲਕ ਵੀਰਾਂ ਦਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਇਹ ਟਰੈਕਟਰ ਨੂੰ ਖਰੀਦ ਸਕਦੇ ਹੋ ਕਿਸੇ ਵੀ ਮਸ਼ੀਨਰੀ ਨੂੰ ਖਰੀਦਣ ਤੋਂ ਪਹਿਲਾਂ ਉਸਦੇ ਡਾਕੂਮੈਂਟਸ ਜ਼ਰੂਰ ਚੈੱਕ ਕਰੋ ਤਾਂ ਕਿ ਤੁਹਾਨੂੰ ਬਾਅਦ ਵਿੱਚ ਕੋਈ ਦਿੱਕਤ ਨਾ ਆ ਸਕੇ ਜਿਹੜੇ ਵੀ ਮਸ਼ੀਨਰੀ ਦੀ ਐਡ ਲਗਾਉਣ ਲਈ ਫੋਟੋਆਂ ਭੇਜਦੇ ਆ ਉਹ ਆਪਣੀ ਮਸ਼ੀਨਰੀ ਦਾ ਰੇਟ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਹੀ ਦੱਸਿਆ ਕਰਨਾ ਉਹਨਾਂ ਕੀ ਰੇਟ ਦੱਸਿਆ ਕਰਨਾ ਜਿੰਨੇ ਦੀ ਮਸ਼ੀਨਰੀ ਹੋਵੇ ਬਹੁਤ ਜ਼ਿਆਦਾ ਵੀਰਾਂ ਦੀ ਕੰਪਲੀਟ ਆਉਂਦੀ ਹੈ ਮੈਸੇਜ ਆਉਂਦੇ ਆ ਕਿ ਰੇਟ ਜ਼ਿਆਦਾ ਹੈ ਆਪਾਂ ਕਿਸੇ ਵੀ ਮਸ਼ੀਨਰੀ ਦਾ ਰੇਟ ਫਿਕਸ ਨਹੀਂ ਦੱਸਿਆ ਹੁੰਦਾ ਉਹ ਮਾਲਕ ਵੀਰਾਂ ਵੱਲੋਂ ਦਸੀ ਇੱਕ ਡਿਮਾਂਡ ਹੁੰਦੀ ਹੈ ਜੋ ਮੌਕੇ ਤੇ ਲੈਸ ਹੋਈ ਜਾਂਦੀ ਹੈ ਇਸ ਕਰਕੇ ਜੇਕਰ ਕੋਈ ਵੀ ਬੀਰ ਮਸ਼ੀਨਰੀ ਖਰੀਦਣ ਦਾ ਚਾਹਵਨ ਹੁੰਦਾ ਹੈ ਉਹ ਮਾਲਕ ਵੀਰਾਂ ਨਾਲ ਫੋਨ ਤੇ ਗੱਲਬਾਤ ਕਰਕੇ ਮਸ਼ੀਨਰੀ ਦਾ ਸਹੀ ਰੇਟ ਪੁੱਛ ਕੇ ਮਸ਼ੀਨਰੀ ਖਰੀਦ ਸਕਦਾ ਹੈ ਸਾਰੇ ਵੀਰਾਂ ਨੂੰ ਰਿਕੁਐਸਟ ਹੈ ਕਿ ਜਲਦੀ ਜਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰਨਾ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰਨਾ ਹੁਣ ਤੁਹਾਨੂੰ ਛੋਟੀ ਬਾਡੀ ਵਾਲੀ ਜੀਪ ਦਿਖਾ ਰਹੇ ਹਾਂ ਡਿਸਪੋਜ਼ਲ ਇੰਜਨ ਵਾਲੀ ਤਿਆਰ ਕੀਤੀ ਗਈ ਜੀਪ ਹੈ ਜੀਪ ਦੇ ਵਧੀਆ ਕੁਆਲਿਟੀ ਦਾ ਰੰਗ ਪੇਂਟ ਕੀਤਾ ਗਿਆ ਹੈ ਸਾਰੀ ਜੀਪ ਨੂੰ ਵਧੀਆ ਤਰੀਕੇ ਨਾਲ ਦੁਬਾਰਾ ਤਿਆਰ ਕਰਵਾਇਆ ਗਿਆ ਹੈ ਇਹ ਜੀਪ ਸਿੰਪਲ ਸਟੀering ਡਿਸਕ ਬ੍ਰੇਕਾਂ ਦੇ ਨਾਲ ਹੈ ਜੀਪ ਦਾ ਪੰਜਾਬ ਦਾ ਨੰਬਰ ਹੈ ਜੀਪ ਦੇ ਵਧੀਆ ਟੌਪ ਕਲਾਸ ਦਾ ਐਮਪ ਤੇ 베ਸ ਵਾਲਾ 뮤ਜ਼ਿਕ ਸਿਸਟਮ ਲੱਗਾ ਹੋਇਆ ਹੈ ਸਾਰੀ ਜੀਪ ਨੂੰ ਮੈਟਿੰਗ ਕਰਵਾਈ ਗਈ ਹੈ ਜੀਪ ਦੇ ਵਧੀਆ ਸਾਫ਼ ਹਾਲਤ ਵਿੱਚ ਮੈਟ ਤੇ ਸੀਟ ਕਵਰ ਲੱਗੇ ਹੋਏ ਹੈ ਜੀਪ ਦਾ ਹੁੱਡ ਛਤਰੀ ਕੱਪੜਾ ਜੀਪ ਦੇ ਨਾਲ ਦਿੱਤਾ ਜਾਵੇਗਾ। ਮਾਲਕ ਵੀਰਾਂ ਵੱਲੋਂ ਜੀਪ ਦੇ ਨਵੀਂ ਬੈਟਰੀ ਲਗਵਾਈ ਗਈ ਹੈ। ਜੀਪ ਦੇ ਚਾਰੇ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਐ। A ਕਲਾਸ ਕੰਡੀਸ਼ਨ ਵਿੱਚ ਜੀਪ ਚੱਲਦੀ ਐ। ਇੰਜਨ ਗੇਅਰ ਦੀ ਜੀਪ ਬਿਲਕੁਲ ਓਕੇ ਐ। ਮਾਲਕ ਵੀਰਾਂ ਵੱਲੋਂ ਜੀਪ ਦੀ ਫੁੱਲ ਗਾਰੰਟੀ ਐ। ਤੁਸੀਂ ਜੀਪ ਨੂੰ ਖਰੀਦਣ ਸਮੇ ਜੀਪ ਨੂੰ ਚਲਾ ਕੇ ਚੈੱਕ ਕਰਕੇ ਟੈਸਟ ਡਰਾਈਵ ਕਰਕੇ ਖਰੀਦ ਸਕਦੇ ਹੋ। ਇਹ ਜੀਪ ਦਾ ਪਿੰਡ ਬੂਈਆਂ ਵਾਲਾ ਨੇੜੇ ਤਲਵੰਡੀ ਭਾਈ ਜੀਰਾ ਏਰੀਆ ਜਿੱਥੇ ਜੀਪ ਖੜੀ ਹੈ ਮਾਲਕ ਵੀਰਾਂ ਵੱਲੋਂ ਜੀਪ ਦੀ ਡਿਮਾਂਡ ਰੱਖੀ ਗਈ ਹੈ 2,30,000 ਰੁਪਏ ਬਾਕੀ ਥੋੜਾ ਬਹੁਤਾ ਮੌਕੇ ਤੇ ਲੈਸ ਹੋਈ ਜਾਂਦਾ ਹੈ ਮਾਲਕ ਵੀਰਾਂ ਦਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਇਹ ਜੀਪ ਨੂੰ ਖਰੀਦ ਸਕਦੇ ਹੋ ਜਿਹੜੇ ਵੀਰ ਮਸ਼ੀਨਰੀ ਦੀ ਐਡ ਲਵਾਉਣ ਲਈ ਫੋਟੋਆਂ ਭੇਜਦੇ ਆ ਉਹ ਆਪਣੇ ਫੋਨ ਨੂੰ ਟੇਡਾ ਕਰਕੇ ਮਸ਼ੀਨਰੀ ਦੇ ਚਾਰੇ ਸਾਈਡ ਤੋਂ ਮਸ਼ੀਨਰੀ ਦੀਆਂ 4 ਤੋਂ 5 ਫੋਟੋਆਂ ਖਿੱਚ ਕੇ ਭੇਜਿਆ ਕਰਨਾ ਤਾਂ ਕਿ ਤੁਹਾਡੀ ਮਸ਼ੀਨਰੀ ਦੀ ਐਡ ਸਹੀ ਢੰਗ ਨਾਲ ਲੱਗ ਸਕੇ ਤੇ ਤੁਹਾਡੀ ਮਸ਼ੀਨਰੀ ਜਲਦ ਤੋਂ ਜਲਦ ਸੇਲ ਹੋ ਸਕੇ ਹੁਣ ਤੁਹਾਨੂੰ ਡਬਲ ਟਾਇਰ ਵਾਲੀ 2017 ਮਾਡਲ ਟਰਾਲੀ ਦਿਖਾ ਰਹੇ ਹਾਂ ਏ ਕਲਾਸ ਕੰਡੀਸ਼ਨ ਵਿੱਚ ਟਰਾਲੀ ਖੜੀ ਹੈ ਵਧੀਆ ਹਾਲਤ ਵਿੱਚ ਟਰਾਲੀ ਦਾ ਰੰਗ ਪੇਂਟ ਪਿਆ ਹੈ ਇਹ ਟਰਾਲੀ ਦਾ ਸਾਈਜ਼ 11 ਫੁੱਟ ਲੰਬੀ ਹੈ 6 ਫੁੱਟ ਚੌੜੀ ਹੈ 7.5 ਫੁੱਟ ਬਾਡੀ ਹੈ ਟਰਾਲੀ ਦੇ ਬਾੜ ਤੇ ਫਰਸ਼ ਦੀ ਚਾਦਰ ਏ ਕਲਾਸ ਕੰਡੀਸ਼ਨ ਵਿੱਚ ਹੈ ਟਰਾਲੀ ਦੇ ਕਿਤੇ ਕੋਈ ਡੈਂਟ ਨਹੀਂ ਕੋਈ ਡੈਮੇਜ ਨਹੀਂ ਤੇ ਨਾ ਹੀ ਕਿਤੇ ਕੋਈ ਜਰ ਵਗੈਰਾ ਲੱਗੀ ਹੋਈ ਹੈ ਡਬਲ ਟਾਇਰ ਵਾਲੀ ਟਰਾਲੀ ਹੈ ਟਰਾਲੀ ਦੇ ਸਾਫ਼ ਬੇਦਾਗ ਪੱਕੇ ਟਾਇਰ ਲੱਗੇ ਹੋਏ ਹੈ ਟਰਾਲੀ ਦੇ ਟਾਇਰਾਂ ਦੀ ਕੰਡੀਸ਼ਨ ਆ 25 ਪੈਸੇ ਹੈ ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ ਵਧੀਆ ਹਾਲਤ ਵਿੱਚ ਟਰਾਲੀ ਚੱਲਦੀ ਹੈ ਮਾਲਕ ਵੀਰਾਂ ਵੱਲੋਂ ਟਰਾਲੀ ਦੀ ਫੁੱਲ ਗਾਰੰਟੀ ਹੈ ਤੁਸੀਂ ਟਰਾਲੀ ਨੂੰ ਖਰੀਦਣ ਸਮੇ ਟਰਾਲੀ ਨੂੰ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਖਰੀਦ ਸਕਦੇ ਹੋ ਇਹ ਟਰਾਲੀ ਦਾ ਸੰਗਰੂਰ ਏਰੀਆ ਹੈ ਜਿੱਥੇ ਟਰਾਲੀ ਖੜੀ ਹੈ ਮਾਲਕ ਵੀਰਾਂ ਵੱਲੋਂ ਟਰਾਲੀ ਦੀ ਡਿਮਾਂਡ ਰੱਖੀ ਗਈ ਹੈ 1,10,000 ਰੁਪਏ ਬਾਕੀ ਥੋੜਾ ਬਹੁਤਾ ਮੌਕੇ ਤੇ ਲੈਸ ਹੋਈ ਜਾਂਦਾ ਹੈ ਮਾਲਕ ਵੀਰਾਂ ਦਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਇਹ ਟਰਾਲੀ ਨੂੰ ਖਰੀਦ ਸਕਦੇ ਆ ਹੁਣ ਤੁਹਾਨੂੰ ਹੁੰਡਾਈ ਈ ਆਉਣ ਕਾਰ ਦਿਖਾ ਰਹੇ ਆ ਇਹ ਕਾਰ 2013 ਮਾਡਲ ਹੈ 2013 ਦੇ ਦਸੰਬਰ ਮਹੀਨੇ ਵਿੱਚ ਆਈ ਹੋਈ ਹੈ ਸ਼ੋਰੂਮ ਕੰਡੀਸ਼ਨ ਵਿੱਚ ਕਾਰ ਖੜੀ ਹੈ ਆਲ ओरिजिनल ਕਾਰ ਹੈ ਵਧੀਆ ਹਾਲਤ ਵਿੱਚ ਕਾਰ ਦਾ ਰੰਗ ਪੇਂਟ ਪਿਆ ਹੈ ਕਾਰ ਦੇ ਕਿਤੇ ਕੋਈ ਡੈਂਟ ਨਹੀਂ ਕੋਈ ਡੈਮੇਜ ਨਹੀਂ ਨੌਨ ਐਕਸੀਡੈਂਟ ਕਾਰ ਹੈ ਇਹ ਕਾਰ ਪਾਵਰ ਸਟੀering ਪਾਵਰ ਬ੍ਰੇਕ ਪਾਵਰ ਵਿੰਡੋ ਦੇ ਨਾਲ ਹੈ ਕਾਰ ਦਾ ਪੰਜਾਬ ਦਾ ਨੰਬਰ ਹੈ PV08 ਜਲੰਧਰ ਨੰਬਰ ਕਾਰ ਹੈ ਕਾਰ ਦੇ ਸਾਰੇ ਫਿਊਚਰ ਵਰਕਿੰਗ ਵਿੱਚ ਹੈ ਕਾਰ ਦਾ AC ਹੀਟਰ ਵਧੀਆ ਹਾਲਤ ਵਿੱਚ ਚੱਲਦਾ ਹੈ ਕਾਰ ਦੇ ਵਧੀਆ ਟੌਪ ਕਲਾਸ ਦਾ 뮤직 ਸਿਸਟਮ ਲੱਗਾ ਹੋਇਆ ਹੈ ਕਾਰ ਦੀ ਸਾਰੀ ਐਸੈਸਰੀ ਏ ਕਲਾਸ ਕੰਡੀਸ਼ਨ ਵਿੱਚ ਹੈ ਕਾਰ ਦੇ ਵਧੀਆ ਸਾਫ ਹਾਲਤ ਵਿੱਚ ਮੈਟ ਤੇ ਸ਼ੀਟ ਕਵਰ ਲੱਗੇ ਹੋਏ ਹੈ ਕਾਰ ਦੇ ਸਾਰੇ ਕਾਗਜ਼ ਪੱਤਰ ਬਿਲਕੁਲ ਓਕੇ ਹੈ ਕਾਰ ਦੇ ਟਾਇਰਾਂ ਦੀ ਕੰਡੀਸ਼ਨ ਆ ਸਟਿਪਨੀ ਸਮੇਤ ਪੰਜੇ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਹੈ ਏ ਕਲਾਸ ਕੰਡੀਸ਼ਨ ਵਿੱਚ ਕਾਰ ਚੱਲਦੀ ਹੈ ਇੰਜਨ ਗੇਅਰ ਦੀ ਕਾਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਕਾਰ ਦੀ ਫੁੱਲ ਗਾਰੰਟੀ ਹੈ ਤੁਸੀਂ ਕਾਰ ਨੂੰ ਖਰੀਦਣ ਸਮੇਂ ਕਾਰ ਨੂੰ ਚਲਾ ਕੇ ਚੈੱਕ ਕਰਕੇ ਟੈਸਟ ਡਰਾਈਵ ਕਰਕੇ ਖਰੀਦ ਸਕਦੇ ਆਂ ਇਹ ਕਾਰ ਦਾ ਪਿੰਡ ਆਦਮਪੁਰ ਜ਼ਿਲ੍ਹਾ ਜਲੰਧਰ ਏਰੀਆ ਜਿੱਥੇ ਇਹ ਕਾਰ ਖੜੀ ਹੈ ਮਾਲਕ ਵੀਰਾਂ ਵੱਲੋਂ ਕਾਰ ਦੀ ਡਿਮਾਂਡ ਰੱਖੀ ਗਈ ਹੈ 2,65,000 ਰੁਪਏ ਬਾਕੀ ਥੋੜਾ ਬਹੁਤਾ ਮੌਕੇ ਦੇ ਲੈਸ ਹੋਈ ਜਾਂਦਾ ਹੈ ਮਾਲਕ ਵੀਰਾਂ ਦਾ ਕੰਟੈਕਟ ਨੰਬਰ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਇਹ ਕਾਰ ਨੂੰ ਖਰੀਦ ਸਕਦੇ ਆਂ ਕਿਸੇ ਵੀ ਮਸ਼ੀਨਰੀ ਨੂੰ ਖਰੀਦਣ ਤੋਂ ਪਹਿਲਾਂ ਇੱਕ ਵਾਰ ਆਪਣੀ ਤਸੱਲੀ ਜ਼ਰੂਰ ਕਰੋ ਹੁਣ ਤੁਹਾਨੂੰ ਮਹਿਲ ਐਗਰੀਕਲਚਰ ਵਰਕਸ਼ਪ ਦੁਆਰਾ ਤਿਆਰ ਕੀਤੇ ਜਾਣ ਵਾਲੇ ਨਵੇਂ ਸੰਦ ਦਿਖਾ ਰਹੇ ਹਾਂ ਇਸ ਵਰਕਸ਼ਾਪ ਵਿੱਚ ਸੀਲਰ ਹਾਲ ਤਵੀਆਂ ਸਪਰੇਅ ਪੰਪ ਜੇਂਦਰਾ ਕਰਾਹਾ ਤੇ ਹੋਰ ਵੀ ਸੰਦ ਤਿਆਰ ਕੀਤੇ ਜਾਂਦੇ ਨੇ ਇਸ ਵਰਕਸ਼ਾਪ ਵਿੱਚ ਵਧੀਆ ਸੁੱਧ ਤੇ ਹੈਵੀ ਕੁਆਲਿਟੀ ਦੇ ਸੰਦ ਤਿਆਰ ਕੀਤੇ ਜਾਂਦੇ ਨੇ ਇਸ ਵਰਕਸ਼ਾਪ ਵਿੱਚ ਫੋਲਡ ਕਰਨ ਵਾਲੇ ਹਾਲ ਤੇ ਹਾਈਡਰੌਲਿਕ ਤਵੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਇਹ ਮਹਿਲ ਐਗਰੀਕਲਚਰ ਵਰਕਸ਼ਾਪ ਲਿੰਕ ਰੋਡ ਨੇੜੇ ਸਿੱਧੂ ਹਸਪਤਾਲ ਮਾਨਸਾ ਵਿੱਚ ਬਣੀ ਹੋਈ ਹੈ ਇਸ ਵਰਕਸ਼ਾਪ ਵਿੱਚ ਆ ਕੇ ਤੁਸੀਂ ਹੋਰ ਨਾਲ ਵਰਕਸ਼ਾਪਾਂ ਨਾਲੋਂ ਸਸਤੇ ਸੰਦ ਖਰੀਦ ਸਕਦੇ ਹੋ ਇਹ ਵਰਕਸ਼ਾਪ ਵਾਲੇ ਮਾਲਕ ਵੀਰਾਂ ਦੇ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋ ਹੋ ਰਹੇ ਨੇ ਤੁਸੀਂ ਇਹਨਾਂ ਨੰਬਰਾਂ ਤੇ ਕਾਲ ਕਰਕੇ ਮਾਲਕ ਵੀਰਾਂ ਨਾਲ ਗੱਲਬਾਤ ਕਰਕੇ ਆਪਣੀ ਲੋੜ ਅਨਸਾਰ ਕੋਈ ਵੀ ਨਵਾਂ ਸੰਦ ਖਰੀਦ ਸਕਦੇ ਹੋ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਘੰਟੀ ਦੇ ਬਟਨ ਨੂੰ ਟੱਚ ਕਰਕੇ ਆਲ ਤੇ ਸੈੱਟ ਕਰ ਲੈਣਾ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਇਸ ਨਾਲ ਤੁਹਾਨੂੰ ਖੇਤੀਬਾੜੀ ਦੇ ਸੰਦ ਖਰੀਦਣ ਜਾਂ ਵੇਚਣ ਵਿੱਚ ਸਹਾਨੀ ਮਿਲ ਸਕਦੀ ਹੈ ਥੈਂਕ ਯੂ